ਗਾਵੇ ਗੁਰੂ ਵਾਹਿਗੁਰੂ ਗਾਵੇ ਬਖਸ਼ੀਸ਼ ਲੈਣ ਲਈ ਅਰਦਾਸ ਕਰਦਾ ਹੈ। ਗੁਰਬਾਣੀ ਅਨੁਸਾਰ ਸੇਵਾ ਉਹ ਹੈ, ਸੇਵਾ ਦਾ ਅਰਥ ਹੈ ਕਿ ਜੋ ਕੰਮ ਆਪਾਂ ਬਿਨਾਂ ਕਿਸੇ ਇਨਾਮ ਦੇ ਜਾਂ ਲਾਭ ਦੇ ਲਾਲਚ ਤੋਂ ਬਿਨਾਂ ਕਰੀਏ ਉਹ ਸੇਵਾ ਕਹਿਲਾਉਂਦਾ ਹੈ। ਅਤੇ ਕਈ ਵਾਰ ਤਾਂ ਸਾਨੂੰ ਗੁਰਦੁਆਰੇ ਵਿੱਚ ਹੀ ਕਈ ਸੇਵਾ ਮਿਲ ਜਾਂਦੀਆਂ ਸਨ, ਜਿਵੇਂ ਕਿ ਝਾੜੂ ਲਗਾਉਣਾ, ਪੋਚਾ ਲਗਾਉਣਾ ਅਤੇ ਖਿੜਕੀਆਂ ਸਾਫ਼ ਕਰਨੀਆਂ ਅਤੇ ਹੋਰ ਵੀ ਆਦਿ ਕੰਮ। ਸਤਿਗੁਰ ਕੀ ਸੇਵਾ ਸਫਲ ਹੈ, ਸਤਿਗੁਰ ਕੀ ਸੇਵਾ ਸਫਲ ਹੈ, ਸਤਿਗੁਰ ਕੀ ਸੇਵਾ ਸਫਲ ਹੈ, ਸਤਿਗੁਰ ਕੀ ਸੇਵਾ ਸਫਲ ਹੈ। ਜੇ ਕੋ ਕਰੇ ਚਿੱਤ ਲਾਏ, ਜੇ ਕੋ ਕਰੇ ਚਿੱਤ ਲਾਏ, ਸਤਿਗੁਰ ਕੀ ਸੇਵਾ ਸਫਲ ਹੈ, ਸਤਿਗੁਰ ਕੀ ਸੇਵਾ ਸਫਲ ਹੈ। ਜੇ ਕੋ ਕਰੇ ਚਿੱਤ ਲਾਏ, ਜੇ ਕੋ ਕਰੇ ਚਿੱਤ ਲਾਏ, ਸਤਿਗੁਰ ਕੀ ਸੇਵਾ ਸਫਲ ਹੈ, ਸਤਿਗੁਰ ਕੀ ਸੇਵਾ ਸਫਲ ਹੈ, ਸੇਵਾ ਸਫਲ ਹੈ, ਸੇਵਾ ਸਫਲ ਹੈ। ਮਨ ਚੰਗਿਆ ਫਲ ਪਾਵਣਾ, ਮਨ ਚੰਗਿਆ ਫਲ ਪਾਵਣਾ, ਮਨ ਚੰਗਿਆ ਫਲ ਪਾਵਣਾ, ਮਨ ਚੰਗਿਆ ਫਲ ਪਾਵਣਾ। ਹੋ ਮੈਂ ਜੋ ਜਾਏ,
ਜੇ ਕੋ ਕਰੇ ਚਿਤ ਲਾਏ, ਜੇ ਕੋ ਕਰੇ ਚਿਤ ਲਾਏ, ਸਤਿਗੁਰ ਕੀ ਸੇਵਾ ਸਫਲ ਹੈ, ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ, ਜੇ ਕੋ ਕਰੇ ਚਿਤ ਲਾਏ, ਸਤਿਗੁਰ ਕੀ ਸੇਵਾ ਸਫਲ ਹੈ, ਸਤਿਗੁਰ ਕੀ ਸੇਵਾ।